Thank you.
कबीरा गांठ न खो God.
Jump up,
Kavita, Gantanako. Swena, Kurupa, Kurupenen.
कप होए खाली पूरी कूड़े ਸੀ ਨਹੀਂ ਪਹਿਲਾਂ ਕਿਸੇ ਹੋਰ ਪਹਿਲੂ ਨੂੰ ਛੋਇਆ ਸੀ। ਮੈਂ ਇੱਕ ਵਾਰ ਐਗਜ਼ਾਮਪਲ ਵੀ ਦਿੱਤੀ ਸੀ ਵੀ ਗੁਰਮੁਖ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਨ ਦੇ ਹਰ ਪਹਿਲੂ ਨੂੰ ਛੋਹਣ ਕਿਹੜੀ ਅਜੀਬ ਗੱਲ ਹੈ। ਅਤੇ ਮੈਂ ਐਗਜ਼ਾਮਪਲ ਦਿੱਤੀ ਸੀ ਵੀ ਇੱਕ ਪਾਸੇ ਸਵਰਨ ਦੀ ਵਫਾਦਾਰੀ ਦਾ ਜ਼ਿਕਰ ਕਰ ਦਿੱਤਾ, ਸਵਾਮੀ ਕੋ ਗ੍ਰਹਿ ਜਿਉ ਸਦਾ ਸਵਰਨ ਤਜਤ ਨਹੀਂ ਨਿਤ, ਇਹ ਇੱਕ ਪਹਿਲੂ ਹੈ ਸਵਰਨ ਦਾ, ਜੀਵਨ ਦਾ ਇੱਕ ਪੱਖ। ਸਵਾਮੀ ਕੋ ਗ੍ਰਹਿ ਜਿਉ ਸਦਾ ਸਵਰਨ ਤਜਤ ਨਹੀਂ ਨਿਤ,
ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਹੁਣ ਸਵਰਨ ਦਾ ਕੋਈ ਕੇਵਲ ਜੀਵਨ ਦਾ ਇੱਕ ਪੱਖ ਥੋੜ੍ਹਾ ਹੈ, ਦੂਜਾ ਪੱਖ ਵੀ ਹੈ ਕਿ ਦੁਆਰੇ ਦੁਆਰ ਸਵਰਨ ਜਿਉ ਡੋਰਤ, ਦਰਵਾਜ਼ੇ ਦਰਵਾਜ਼ੇ ਤੇ ਭਟਕਦਾ ਹੈ। ਇਹ ਤਾਂ ਨਹੀਂ ਆਪਾਂ ਆਖ ਸਕਦੇ ਵੀ ਕੱਲ ਕਬੀਰ ਜਾਂ ਕੱਲ ਬਾਣੀ ਸਵਰਨ ਨੂੰ ਮਹਾਨ ਆਖ ਰਹੀ ਸੀ, ਕਿਸੇ ਭਗਤ ਨੂੰ ਸਵਾਮੀ ਦੀ ਮਾਲਕ ਦੀ ਵਫਾਦਾਰੀ ਸਿੱਖਣ ਦੀ ਸਿੱਖਿਆ ਦੇ ਰਹੀ ਸੀ, ਪ੍ਰੇਰਨਾ ਦੇ ਰਹੀ ਸੀ, ਤੇ ਅੱਜ ਉਹਦੀ ਬੇਵਫਾਈ ਕਿਸੇ ਦਾ ਨਾ ਬਣਨਾ ਉਹਦਾ ਜ਼ਿਕਰ ਕੀਤਾ ਜਾ ਰਿਹਾ। ਨਹੀਂ, ਜੀਵਨ ਦੇ ਕਈ ਪਹਿਲੂ ਨੇ ਤੇ ਗੁਰਬਾਣੀ ਹਰ ਪੱਖੋਂ ਸਮਝਾਉਣਾ ਚਾਹੁੰਦੀ। ਉੱਥੇ ਆ ਕਰੀਏ ਸਵਾਮੀ ਕੋਗਰਿਆ ਜੀ ਉਸਦਾ ਸਵਰਨ ਤਰੀ ਤੇ ਨਹੀਂ, ਇੱਥੇ ਆਖ ਰਹੀ ਹੈ ਦੁਆਰੇ ਦੁਆਰ ਸਵਰਨ ਜਿਉ ਡੋਲਤ, ਨਹੀਂ ਸੋ ਰਾਮ ਭਜਨ ਕੀ। ਇੱਥੇ ਬਸ ਨਹੀਂ, ਅੱਗੇ ਜਾ ਕੇ ਇਹ ਵੀ ਆਖ ਰਹੀ ਹੈ ਕਿ ਉਹ ਵਫਾਦਾਰ ਸਵਾਮੀ ਦਾ ਜਿਹੜਾ ਹੈ ਜਦੋਂ ਹਲਕ ਜਾਂਦਾ ਹੈ ਫਿਰ ਵਫਾਦਾਰ ਨਹੀਂ ਰਹਿੰਦਾ। ਲੋਭ ਲਹਿਰ ਸਭ ਸਵਾਨ ਹਲਕ ਹੈ, ਉੱਥੇ ਵੀ ਸਵਾਨ ਹੈ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਬਿਗਾਰੇ। ਹੁਣ ਉਹ ਹੀ ਸਵਾਨ ਹਲਕ ਗਿਆ ਹੈ, ਮਾਲਕ ਦਾ ਵਫਾਦਾਰ ਨਹੀਂ ਰਹਿੰਦਾ। ਮੇਰਾ ਆਪ ਨਹੀਂ ਹਲਕਿਆ, ਜਿਹੜਾ ਉਹਦੇ ਨਾਲ ਛੋ ਗਿਆ ਉਹਨੂੰ ਵੀ ਹਲਕਾ ਦਿੱਤਾ। ਹੁਣ ਦੇਖੋ ਸਾਰੇ ਪਾਸ ਇੱਥੇ ਵੀ ਮਸਲਾ ਹੈ। ਬੜੀ ਖੂਬਸੂਰਤ ਅੱਜ ਦੀ ਗੱਲ ਬਾਬਾ ਕਬੀਰ ਕਰ ਰਹੇ ਨੇ, ਕਹਿੰਦੇ ਨੇ ਭਲਿਆ ਤੇਰੇ ਕੋਲ ਸੱਚ ਦੀ ਬਦਕਿਸਮਤੀ, ਸੱਚ ਦੀਆਂ ਪੰਡਾਂ ਬੰਨ ਕੇ ਲੈ ਗਿਆ ਆ ਕੇ, ਤੇਰੇ ਕੋਲ ਸੱਚ ਹੈ ਕਿੱਡੀ ਅਜੀਬ ਗੱਲ ਹੈ, ਆ ਗਿਆ ਉਸ ਮੰਡੀ ਵਿੱਚ ਜਿੱਥੇ ਮੇਰਾ ਕੂੜ, ਉੱਥੇ ਕੂੜ ਦੇ ਬੈਗ ਕੂੜ ਖਰੀਦਿਆ ਜਾਂਦਾ। ਭਗਤ ਰਵਿਦਾਸ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਦਾ ਜਵਾਬ ਮਿਲਦਾ ਹੈ। ਕਹਿੰਦੇ ਨੇ ਹਾਂ ਬਿਲਕੁਲ ਵੱਖ ਹੋ ਗਿਆ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋ ਕਦੇ ਨਾ ਆਇਆ, ਇੱਥੇ ਸੰਸਾਰੀਆਂ ਨਾਲੋਂ ਵੱਖ ਹੋ ਗਿਆ ਨਾ, ਤੇ ਫਿਰ ਕਬੀਰ ਸੰਸਾਰ ਵਿੱਚ ਨਹੀਂ ਰਹਿ ਰਿਹਾ, ਸੰਸਾਰ ਤੋਂ ਵੱਖ ਨੇ। ਹੁਣ ਇੱਥੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਕਬੀਰ
ਤੂੰ ਪਾਗਾਂ ਵਾਲਾ ਕਿ ਆਰਾਮ ਪਦਾਰਥ ਤੈਨੂੰ ਮਿਲਿਆ ਸਾਚ ਵੱਖਰ ਕੇ ਤੂੰ ਬਣ ਜਾ ਰਹੇ ਤੇਰੇ ਕੋਲ ਸੱਚ ਵੱਖਰ ਤੂੰ ਰਾਮ ਨਾਮ ਧੰਨ ਲਾਦਿਆ ਇਕੱਠਾ ਕੀਤਾ ਤੇਰੇ ਕੋਲ ਪੰਡਾਂ ਬਣੀਆਂ ਹੋਈਆਂ ਨੇ ਰਾਮ ਸੱਚ ਦੀਆਂ ਗਵਾ ਦਾ ਪਰ ਕਹਿ ਲੈ ਬਦਕਿਸਮਤ ਹੈ ਆ ਗਿਆ ਐਸੀ ਮੰਡੀ ਵਿੱਚ ਜਿੱਥੇ ਕੂੜ ਵਿਕਦਾ ਉੱਥੇ ਸੱਚ ਦੀ ਕੋਈ ਕੀਮਤ ਨਹੀਂ ਚਾਹ ਕੱਲ ਸਵੇਰ ਦੇ ਸਬਜੈਕਟ ਨੂੰ ਵੀ ਨਾਲ ਜੋੜਾ ਇਸ ਚੰਗੀ ਤਰ੍ਹਾਂ ਔਰ ਬਕਾਇਦਾ ਇਹ ਨਹੀਂ ਗੱਲੀ ਬਾਤੀ ਸਮਝੀਏ ਪ੍ਰੈਕਟੀਕਲੀ ਪ੍ਰੂਫ ਸੰਸਾਰ ਵਿੱਚ ਦੇਖ ਲਈਏ ਕਿ ਜੋ ਕੁਝ ਕਹਿ ਰਹੇ ਨੇ ਉਹ ਠੀਕ ਹੈ ਕਹਿਣ ਲੱਗੇ ਕਬੀਰ ਬਦਕਿਸਮਤੀ ਆ ਗਿਆ ਐਸੇ ਐਸੀ ਮੰਡੀ ਵਿੱਚ ਐਸੇ ਬਾਜ਼ਾਰ ਵਿੱਚ ਕਿਉਂਕਿ ਇੱਥੇ ਵਣਜਾਰੇ ਸਿਰਫ ਸੱਚ ਦੇ ਨਹੀਂ ਸਾਧੂ ਨੇ ਬਾਣੀ ਵਿੱਚ ਵੀ ਆਖਿਆ ਕਹਿਣ ਲੱਗੇ ਤੇ ਹਟੜੇ ਬਾਜ਼ਾਰ ਕੀਤੀ ਸੀ ਹਟੜੇ ਦਾ ਅਖਰੀ ਅਰਥ ਕੀ ਹੈ ਜਿੱਥੇ ਤਿੰਨ ਕਾਊਂਟਰ ਹੋਣ ਤਿੰਨ ਵੱਖ ਵੱਖ ਦਰਵਾਜ਼ੇ ਹੋਣ ਤਿੰਨ ਹੱਟੀਆਂ ਦਾ ਮੇਲ ਹੋਵੇ ਇੱਥੇ ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨੇ ਤਰ੍ਹਾਂ ਦੀ ਹੱਟੀਆਂ ਖੁੱਲੀਆਂ ਨੇ ਇਸ ਬਾਜ਼ਾਰ ਵਿੱਚ ਲੋਕ ਆਉਂਦੇ ਪਰ ਜਿੰਨੇ ਆਉਂਦੇ ਨੇ ਨਾ ਬਹੁਤਾਤ ਇੱਥੇ ਕੂੜ ਵਿਹਾਜਣ ਆਉਂਦੇ ਨੇ ਜਿਹੜਾ ਸੱਚ ਦਾ ਕਾਊਂਟਰ ਹੈ ਉਹ ਖਾਲੀ ਪਿਆ ਰਹਿੰਦਾ ਹੈ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਕਬੀਰ ਭਾਗਾਂ ਵਾਲਾ ਤੈਨੂੰ ਪੰਡਾਂ ਬਣੀਆਂ ਹੋਈਆਂ ਤੈਨੂੰ ਇੰਨਾ ਵੱਡਾ ਖਜ਼ਾਨਾ ਸੱਚ ਦਾ ਮਿਲ ਗਿਆ ਪਰ ਕਹਿਣ ਲੱਗੇ ਬਦਕਿਸਮਤੀ ਆ ਗਿਆ ਐਸੇ ਬਾਜ਼ਾਰ ਵਿੱਚ ਜਿੱਥੇ ਕੂੜ ਦੇ ਵਪਾਰੀ ਜ਼ਿਆਦਾ ਨੇ ਦੁਕਾਨਾਂ ਵੀ ਕੂੜ ਦੀਆਂ ਨੇ ਲੈਣ ਦੇਣ ਵੀ ਕੂੜ ਦਾ ਮੈਨੂੰ ਕਹਿਣ ਲੱਗੇ ਕੋਈ ਐਸਾ ਇਸ ਸੰਸਾਰ ਵਿੱਚ ਬਾਜ਼ਾਰ ਸ਼ਹਿਰ ਨਹੀਂ ਲੱਭਿਆ ਜਿੱਥੇ ਕੋਈ ਸੱਚ ਦੇ ਵਪਾਰੀ ਹੋਣ ਦੇਖੋ ਇਹ ਕਿੱਡੀ ਨਿਰਾਸ਼ਤਾ ਹੈ ਨਹੀਂ ਪੱਟਣ ਪੱਟਣ ਦਾ ਮਤਲਬ ਹੁੰਦਾ ਸ਼ਹਿਰ ਪਾਕਿਸਤਾਨ ਵਿੱਚ ਪਵਿੱਤਰ ਸ਼ਹਿਰ ਨੂੰ ਆਖਿਆ ਗਿਆ ਪਾਕ ਪੱਟਣ ਪਾਕ ਦਾ ਮਤਲਬ ਪਵਿੱਤਰ ਪੱਟਣ ਦਾ ਮਤਲਬ ਸ਼ਹਿਰ ਉੱਥੇ ਸ਼ਹਿਰ ਹੈ ਹੁਣ ਅਸੀਂ ਆਖਦੇ ਹਾਂ ਪਾਕ ਪੱਟਣ ਫਰੀਦ ਦਾ ਸ਼ਹਿਰ ਉੱਥੇ ਪਵਿੱਤਰ ਗੱਲਾਂ ਕਰਨ ਵਾਲੇ ਨੇ ਜਨਮ ਰਿਹਾ ਹੈ ਇਸ ਲਈ ਉਸਦਾ ਨਾਂ ਹੀ ਬਣ ਗਿਆ ਪਾਕ ਪੱਟਣ ਪੱਟਣ ਦਾ ਅਰਥ ਹੈ ਸ਼ਹਿਰ ਮੈਨੂੰ ਕੋਈ ਐਸਾ ਸ਼ਹਿਰ ਨਹੀਂ ਦਿਸਦਾ ਜਿੱਥੇ ਸੱਚ ਦਾ ਵਪਾਰ ਹੁੰਦਾ ਹੋਵੇ ਸ਼ਹਿਰ ਹੀ ਕੋਈ ਨਹੀਂ
ਤੇ ਜੇ ਭਲਾ ਕੋਈ ਸ਼ਹਿਰ ਲੱਭ ਲਵੋ ਤੇ ਉੱਥੇ ਕੋਈ ਸੱਚ ਨੂੰ ਪਰਖਣ ਵਾਲਾ ਨਹੀਂ ਹੈਗਾ। ਸੱਚ ਨੂੰ ਪਰਖਣ ਅੱਧੇ ਕਾ ਨਾਮ ਪਾਠ ਕਲੀਕਾਲ ਵੱਡਾ ਉੱਥੇ ਪਰਖਣ ਵਾਲਾ ਕੋਈ ਨਹੀਂ। ਸੱਚ ਨੂੰ ਕਿਹੜਾ ਪਰਖੇ, ਕਿਉਂਕਿ ਕੂੜ ਨੇ ਸੱਚ ਦੇ ਕੱਪੜੇ ਪਾ ਲਏ। ਚਮਕ ਉਹਦੇ ਵਿੱਚ ਜ਼ਿਆਦਾ, ਦਿਖਾਵਾ ਜ਼ਿਆਦਾ, ਪ੍ਰਗਟਾਵਾ ਜ਼ਿਆਦਾ। ਬ੍ਰਹਮਾ ਸੋਨੇ ਨਾਲੋਂ ਜ਼ਿਆਦਾ ਚਮਕਦਾ, ਬਗਲਾ ਹੰਸ ਨਾਲੋਂ ਜ਼ਿਆਦਾ ਇਕਾਗਰਤਾ ਦਿਖਾਉਂਦਾ, ਬੜੀ ਲੰਬੀ ਸਮਾਧੀ ਲਾਉਂਦਾ। ਕਹਿਣ ਲੱਗੇ ਨਤੀਜਾ ਇਹ ਹੈ, ਪਹਿਲਾਂ ਤਾਂ ਸ਼ਹਿਰ ਹੀ ਕੋਈ ਨਹੀਂ ਮੈਨੂੰ ਦਿਸਦਾ, ਤੇ ਜੇ ਸ਼ਹਿਰ ਲੱਭ ਵੀ ਲਵਾਂ ਤੇ ਉਹਦੇ ਵਿੱਚ ਪਰਖੂ ਕੋਈ ਨਹੀਂ, ਮੇਰੇ ਸੱਚ ਨੂੰ ਕੌਣ ਪਰਖੇ। ਤੇ ਜੇ ਪਰਖਣ ਵਾਲਾ ਵੀ ਕੋਈ ਮਿਲ ਜਾਏ ਜਿਹਨੂੰ ਪਤਾ ਹੋਵੇ ਆ ਸੱਚ ਹੈ, ਪਤਾ ਵੀ ਲੱਗ ਜਾਏ ਸੱਚ ਹੈ, ਫਿਰ ਉਹ ਗਾਹਕ ਨਹੀਂ। ਅਸੀਂ ਦੇਖ ਰਹੇ ਹਾਂ ਜ਼ਮਾਨੇ ਅੰਦਰ ਕਈ ਲੋਕ ਸੱਚ ਨੂੰ ਪਛਾਣ ਲੈਂਦੇ ਨੇ ਪਰ ਗਾਹਕ ਨਹੀਂ ਬਣਦੇ। ਕੀ ਲੈਣਾ ਇਹਨੂੰ ਖਰੀਦ ਕੇ, ਜੇ ਝੂਠ ਖਰੀਦਾਂਗਾ ਕੋਈ ਮਿਨਿਸਟਰੀ ਮਿਲ ਜਾਏਗੀ, ਕੋਈ ਪ੍ਰਧਾਨਗੀ ਮਿਲ ਜਾਏਗੀ। ਸੱਚ ਨਾਲ ਜੁੜਿਆ ਕੀ ਮਿਲਦਾ, ਇਸ ਲਈ ਗਾਹਕ ਨਹੀਂ ਬਣਦਾ। ਪਰਖ ਲਿਆ, ਪਤਾ ਹੈ ਵੀ ਸੱਚ ਇਹ ਹੈ। ਜੇ ਗਾਹਕ ਵੀ ਹੋਵੇ ਤੇ ਸਭ ਤੋਂ ਵੱਡੀ ਗੱਲ ਹੈ ਉਹਦੇ ਕੋਲ ਮੁੱਲ ਕੋਈ ਨਹੀਂ, ਕੀਮਤ ਕੋਈ ਨਹੀਂ। ਉਹ ਕਹਿੰਦਾ, ਗੁਰੂ ਕਹਿੰਦਾ ਮਨ ਦੇ ਰਾਮ ਲਈਆ ਹੈ ਮੋਲ। ਉਹ ਕਹਿੰਦਾ ਨਹੀਂ, ਮੇਰੇ ਕੋਲ ਮਨ ਨਹੀਂ ਦਿੱਤਾ ਜਾਂਦਾ, ਧੰਨ 500 ਰੁਪਈਆ ਦੇ ਕੇ, $500 ਦੇ ਕੇ ਅਖੰਡ ਪਾਠ ਕਰਾ ਲਵਾਂਗਾ, ਬਸ ਇਹਦੇ ਨਾਲ ਤੂੰ ਰਾਜ਼ੀ ਹੋ ਜਾਏਗਾ। ਤੂੰ ਕਹਿੰਦਾ ਰੱਬ ਨੂੰ ਮੈਂ $500 ਵਿੱਚ ਖਰੀਦ ਲਵਾਂਗਾ, ਉਹਨੂੰ ਪਸੰਦ ਕਰ ਲਵਾਂ, ਮਨ ਨਾ ਦੇਣਾ ਪਵੇ। ਗੁਰੂ ਕਹਿੰਦੇ ਕਰਚਨ ਸਿਉਂ ਪਾਈ ਹੈ ਨਹੀਂ ਤੋਰ, ਵੱਖ ਵੱਖ ਰੇਟ ਨੇ ਨਾ। ਰੱਬ ਵੀ ਮੁੱਲ ਵਿਕਦਾ, ਬਣ ਕੇ ਕੀ ਵਿਕਦਾ, ਪਰ ਹੋਇਆ ਕਿ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦਾ, ਕੀਮਤੀ ਕੋਈ ਕੀਮਤ ਕੋਈ ਜਾਣਦੀ ਜੀ ਕੀ ਕੀਮਤ ਹੈ। ਕਹਿਣ ਲੱਗੇ ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਤੂੰ ਸੋਨੇ ਨਾਲ ਤੋਲ ਕੇ ਵੀ ਨਹੀਂ ਮਿਲਦਾ, ਤੂੰ ਤੇ ਕੁਝ ਡਰਦਾ ਕੁਝ ਰੁਪਿਆਂ ਨਾਲ ਹੀ ਉਹਨੂੰ ਖਰੀਦਣਾ ਚਾਹੁੰਦਾ, ਉਹ ਤਾਂ ਸੋਨੇ ਨਾਲ ਤੋਲ ਕੇ ਵੀ ਨਹੀਂ ਮਿਲਦਾ। ਬਲਕਿ ਗੁਰੂ ਨੇ ਇੱਕ ਥਾਂ ਤੇ ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਇੱਕ ਖਿਆਲ ਰਾਵਣ ਹੁਤੋ ਸੋ ਰੰਕਣਾ ਹੈ ਜਿਨ ਸਿਰ ਸਿੰਘ ਨੇ ਘਾਟ। ਰਾਵਣ ਕੋਈ ਗਰੀਬ ਨਹੀਂ ਸੀ, ਉਹ ਰੱਬ ਨੂੰ ਸੋਨੇ ਨਾਲ ਖਰੀਦ ਲੈਂਦਾ, ਕੰਚਨ ਸਿਉਂ ਪਾਈ ਹੈ ਨਹੀਂ ਤੋਲ। ਕਹਿਣ ਲੱਗੇ ਜੀ ਕਿਵੇਂ ਮਿਲਦਾ ਹੈ, ਉਹਦਾ ਮੁੱਲ ਕੀ ਹੈ। ਕਹਿਣ ਲੱਗੇ ਮਨ ਦੇ, ਗੁਰਬਾਣੀ ਦਾ ਪੈਸਾ, ਮਨ ਦੇ ਆਰਾਮ ਲਈਆ ਹੈ ਮੋਲ। ਆਰਾਮ ਪ੍ਰਭੂ ਮੁੱਲ ਖਰੀਦਿਆ ਜਾ ਸਕਦਾ ਜਿਹੜਾ ਮਨ ਦੇਵੇ। ਇਹ ਕਹਿੰਦਾ ਨਹੀਂ, ਮਨ ਦਾ ਮੁੱਲ ਮੈਂ ਨਹੀਂ ਦੇ ਸਕਦਾ,
ਬਾਕੀ ਸੰਸਾਰ ਕਿਵੇਂ ਚਲਾਵਾਂਗਾ ਜੇ ਮਨ ਗੁਰੂ ਨੂੰ ਦੇ ਦਿਆਂ, ਜੇ ਮਨ ਰੱਬ ਨੂੰ ਦੇ ਦਿਆਂ। ਇਸ ਲਈ ਕੁਝ ਪੈਸੇ ਨਾਲ ਜੇ ਰੱਬ ਖਰੀਦਿਆ ਜਾ ਸਕਦਾ ਹੋਵੇ ਮੈਨੂੰ ਦੱਸ, ਉਹ ਰੇਟ ਤੇ ਬਾਬਾ ਕਬੀਰ ਕਹਿੰਦੇ ਇਹੋ ਕਾਰਨ ਹੈ ਮੈਨੂੰ ਨਿਰਾਸ਼ਤਾ ਹੈ, ਮੈਂ ਕੈਸੀ ਮੰਡੀ ਵਿੱਚ ਆ ਗਿਆ, ਇੱਥੇ ਪਹਿਲਾਂ ਤਾਂ ਸ਼ਹਿਰ ਕੋਈ ਨਹੀਂ ਪੱਟਣ ਨਹੀਂ ਪਾਰਖੂ, ਦੂਜਾ ਇੱਥੇ ਪਾਰਖੂ ਕੋਈ ਨਹੀਂ, ਜੇ ਪਾਰਖੂ ਮਿਲ ਜਾਏ ਤਾਂ ਗਾਹਕ ਕੋਈ ਨਹੀਂ, ਜੇ ਗਾਹਕ ਮਿਲ ਜਾਏ ਉਹ ਮੁੱਲ ਨਹੀਂ ਦਿੰਦਾ, ਉਹ ਸਸਤਾ ਰੱਬ ਖਰੀਦਣਾ ਚਾਹੁੰਦਾ, ਸਸਤਾ ਗੁਰੂ ਖਰੀਦਣਾ ਚਾਹੁੰਦਾ। ਇਹ ਚਾਰੋਂ ਚੀਜ਼ਾਂ ਨਹੀਂ ਮਿਲਦੀਆਂ। ਹੁਣ ਦੇਖੋ ਕਿਹੜੀ ਨਿਚੱਕ ਹੋ ਕੇ ਕੀਤੇ ਹੋਏ ਫੈਸਲੇ ਦੀ ਗੱਲ ਹੈ। ਕਹਿਣ ਲੱਗੇ ਉਹ ਕਬੀਰ, ਜੇ ਇੱਥੇ ਗਾਹਕ ਵੀ ਕੋਈ ਨਹੀਂ, ਸ਼ਹਿਰ ਵੀ ਕੋਈ ਨਹੀਂ, ਪਰਖੂ ਵੀ ਕੋਈ ਨਹੀਂ, ਮੁੱਲ ਵੀ ਕੋਈ ਨਹੀਂ, ਤੇ ਤੂੰ ਆਪਣੇ ਸੱਚ ਦੀ ਪੰਡ ਜ਼ਰੂਰ ਖੋਲਣੀ। ਕਹਿਣ ਲੱਗੇ ਕਬੀਰਾ ਗਾਠ ਨਾ ਖੋਲ, ਇਹ ਜਗ੍ਹਾ ਨਹੀਂ, ਸਕੂਲ ਦੇ ਬਾਜ਼ਾਰ ਵਿੱਚ ਤੇਰੇ ਸੱਚ ਦੀ ਕੋਈ ਵੈਲਿਊ ਨਹੀਂ। ਕਬੀਰਾ ਗਾਠ ਨਾ ਖੋਲ, ਰਾਮ ਪਧਾਰ ਪਾਏ ਸੱਚ
ਕੌਣ ਜਾਣਦਾ ਹੈ ਵੈਲਿਊ ਸੱਚ ਦੀ? ਇਸ ਕੂੜ ਦੇ ਬਾਜ਼ਾਰ ਵਿੱਚ ਸੱਚ ਦੀ ਗੰਢ ਨਾ ਖੋਲ। ਇੱਥੇ ਤਾਂ ਰੋਜ਼ ਰੋਜ਼ ਦੇਖਣਾ ਸੱਚ ਵਾਲਿਆਂ ਨੂੰ ਧੱਕੇ ਮਾਰੇ ਜਾਂਦੇ ਨੇ। ਸਵੇਰ ਦਾ ਵੀ ਪ੍ਰੋਗਰਾਮ ਜਿਸ ਸੰਬੰਧਿਤ ਹੈ ਔਰ ਕਿੰਨੀ ਅਜੀਬ ਗੱਲ ਹੈ। ਅਗਲੇ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਇਦੋਂ ਵੀ ਮਜ਼ਬੂਤ ਕਰ ਦਿੱਤਾ। ਕਹਿਣ ਲੱਗੇ, ਸੱਚ ਦੀਆਂ ਪੰਡਾਂ ਲੈ ਕੇ ਤੁਰਨ ਵਾਲੇ ਹੋ, ਇਸ ਕੂੜ ਦੇ ਬਾਜ਼ਾਰ ਵਿੱਚ ਸੱਚ ਦੀਆਂ ਪੰਡਾਂ ਖੋਲਣ ਦਾ ਕੋਈ ਫਾਇਦਾ ਨਹੀਂ। ਇੱਥੇ ਕੋਈ ਪੱਟਣ ਨਹੀਂ, ਕੋਈ ਪਾਰਖੂ ਨਹੀਂ, ਕੋਈ ਗਾਹਕ ਨਹੀਂ, ਕਿਸੇ ਕੋਲ ਮੁੱਲ ਨਹੀਂ। ਇਸ ਲਈ ਇੱਥੇ ਸੱਚ ਦੀ ਗੰਢ ਨਾ ਖੋਲੇ। ਹੁਣ ਅਗਲੇ ਪਾਸੇ ਆ ਗਿਆ, ਤਾਂ ਕਿ ਇਹ ਸੰਸਾਰ ਛੱਡ ਦੇ। ਇੱਥੇ ਮੇਰਾ ਕੋਈ ਸੰਬੰਧ ਨਾ ਰਹੇ, ਸਾਰੇ ਕੂੜ ਦੇ ਖਰੀਦਦਾਰ ਨੇ, ਮੇਰੇ ਕੋਲ ਸੱਚ ਹੈ। ਬਾਬਾ ਕਬੀਰ ਦਾ ਖਿਆਲ ਹੈ, ਕਹਿੰਦੇ ਮੇਰੇ ਕੋਲ ਸੱਚ ਹੈ, ਇੱਥੇ ਕੋਈ ਖਰੀਦਦਾਰ ਨਹੀਂ, ਇੱਥੇ ਕੋਈ ਸ਼ਹਿਰ ਨਹੀਂ, ਕੋਈ ਮੰਡੀ ਨਹੀਂ, ਕੋਈ ਬਾਜ਼ਾਰ ਨਹੀਂ ਜਿੱਥੇ ਮੇਰੇ ਸੱਚ ਦੀ ਵੈਲਿਊ ਹੋਵੇ। ਇੱਥੇ ਹਰ ਪਾਸੇ ਕੂੜ ਦਾ ਪਸਾਰਾ ਹੈ, ਕੂੜ ਦਾ ਪਸਾਰਾ। ਤਾਂ ਫਿਰ ਕੀ ਕਰਾਂ? ਬੜਾ ਖੂਬਸੂਰਤ ਜਵਾਬ ਦਿੰਦੇ ਨੇ। ਕਹਿਣ ਲੱਗੇ, ਜੇ ਇਸ ਸੰਸਾਰ ਵਿੱਚ ਤੈਨੂੰ ਕੋਈ ਜਿਹੜਾ ਪਦਾਰਥ ਤੇਰੇ ਕੋਲ ਹੈ, ਉਸੇ ਪਦਾਰਥ ਦਾ ਭਾਈਵਾਲ ਮਿਲ ਜਾਏ, ਉਹਦੇ ਨਾਲ ਦੋਸਤੀ ਪਾ ਲੈ, ਦੂਜਿਆਂ ਨੂੰ ਛੱਡ ਦੇ। ਕਬੀਰ ਤਾਸ਼ੋ ਪ੍ਰੀਤ ਕਰ, ਆਪਣੇ ਸੰਬੰਧ ਉਹਦੇ ਨਾਲ ਜੋੜ, ਕਿਉਂਕਿ ਜੇ ਕੂੜਿਆਂ ਨਾਲ ਸੰਬੰਧ ਜੋੜੇਗਾ, ਝੂਠ ਫਰੇਬ ਬੋਲਣ ਵਾਲਿਆਂ ਨਾਲ ਏਕਤਾ ਕਰੇਗਾ, ਕਿਉਂ ਸਾਡਾ ਜ਼ੋਰ ਪਾਇਆ ਜਾਵੇ ਏਕਤਾ ਨੂੰ? ਇਹ ਕੋਈ ਨਹੀਂ ਕਿ ਸ਼ਰਤ ਤੇ ਕੀ ਕਿਸ ਗੱਲ ਤੇ ਕਰੋ, ਵਿਚਾਰਧਾਰਾ ਤੇ ਕਰੋ, ਫੈਸਲਾ ਬਾਬਾ ਕਬੀਰ ਦੇ ਰਹੇ ਨੇ। ਕਹਿੰਦੇ ਨੇ, ਕਬੀਰ ਤਾਸ਼ੋ ਪ੍ਰੀਤ ਕਰ ਜਾਂ ਕੋਠਾ ਕਰ ਰਾਮ, ਕਿਉਂਕਿ ਤੇਰੇ ਕੋਲ ਰਾਮ ਪਦਾਰਥ ਹੈ। ਪਹਿਲੇ ਸਲੋਕ ਦਾ ਜਵਾਬ ਹੈ ਮੇਰੇ ਪਾਸ। ਕਹਿਣ ਲੱਗੇ, ਤੇਰੇ ਕੋਲ ਰਾਮ ਪਦਾਰਥ ਹੈ, ਉਹਦਾ ਗਾਹਕ ਇੱਥੇ ਕੋਈ ਨਹੀਂ, ਉਹਦੀ ਮੰਡੀ ਕੋਈ ਨਹੀਂ, ਉਹਦਾ ਬਾਜ਼ਾਰ ਕੋਈ ਨਹੀਂ, ਉਹਦਾ ਮੁੱਲ ਕੋਈ ਨਹੀਂ ਦਿੰਦਾ, ਇਸ ਲਈ ਉਹਨਾਂ ਨਾਲ ਸਰ ਪਾ ਕੇ ਕੀ ਕਰੇਗਾ? ਵਪਾਰ ਤੇ ਬਰਾਬਰ ਦੇ ਨਾਲ ਹੁੰਦਾ ਹੈ ਨਾ, ਜਿਹਦੀ ਵਸਤੂ ਹੈ ਉਹਦਾ ਮੁੱਲ ਹੋਵੇ, ਤੇ ਵਸਤੂ ਦਾ ਮੁੱਲ ਕੋਈ ਪਰਖ ਵਾਲਾ ਹੀ ਦਿੰਦਾ। ਇਹ ਨਾ ਪਾਰਖੂ ਕੋਈ ਨਹੀਂ, ਨਾ ਪਾਰਖ ਪੱਟਣ, ਨਾ ਪਾਰਖੂ ਨਹੀਂ ਗਾਹਕ ਨਹੀਂ ਮੁੱਲ, ਫਿਰ ਸਾਂਝ ਕਿਹਦੇ ਨਾਲ ਪੈਦਾ ਕਰੇਗਾ? ਦੋਸਤੀ ਕਿਹਦੇ ਨਾਲ ਬਣਾਏਗਾ? ਕਹਿਣ ਲੱਗੇ, ਇੱਥੇ ਤਾਂ ਕੋਈ ਆਪਣੇ ਜੀਵਨ ਵਿੱਚ ਰਾਜਾ ਬਣਨਾ ਚਾਹੁੰਦਾ, ਸਿਆਸਤ ਰਾਜਨੀਤੀ ਉਹਦੇ ਜੀਵਨ ਦੀ ਦੌਲਤ ਹੈ। ਕਹਿਣ ਲੱਗੀ, ਕਿਸੇ ਮਨੁੱਖ ਵੱਲ ਮੈਂ ਦੇਖਣਾ, ਉਹ ਕੇਵਲ ਆਪਣੀ ਵਿਦਿਆ ਤੇ ਅਭਿਮਾਨੀ, ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਤੇ ਕੋਈ ਕਹਿੰਦਾ, ਮੇਰੇ ਵਰਗਾ ਸੰਪਦਾ ਵਾਲਾ, ਬਹੁਤ ਹੀ ਜ਼ਮੀਨ ਜਾਇਦਾਦ ਵਾਲਾ, ਮੈਂ ਜ਼ਿਆਦਾ ਅਮੀਰ ਹਾਂ, ਦੌਲਤਵੰਤ ਹਾਂ। ਦੌਲਤਵੰਦ ਜਿਹੜਾ ਹੈ, ਉਹ ਦੌਲਤਵੰਦ ਨਾਲ ਹੀ ਦੋਸਤੀ ਪਾਏਗਾ?
ਰਾਜਾ ਰਾਜਿਆਂ ਨਾਲ ਹੀ ਰਿਸ਼ਤਾ ਗੰਢੇਗਾ, ਗਰੀਬ ਨਾਲ ਨਹੀਂ। ਪੰਡਿਤ ਵਿਦਵਾਨ ਕਿਸੇ ਵਿਦਵਾਨ ਦੇ ਨੇੜੇ ਹੀ ਹੋਏਗਾ। ਰਿਸ਼ਤੇ ਤਾਂ ਇਉਂ ਬਣਨੇ ਨੇ, ਪਰ ਤੇਰੇ ਕੋਲ ਰਿਸ਼ਤਾ ਕਿਹੜਾ ਹੈ ਸੱਚ ਦਾ? ਕੋਈ ਸੱਚ ਵਾਲਾ ਹੀ ਤੇਰੇ ਨੇੜੇ ਹੋਵੇਗਾ। ਲਓ, ਇਸ ਲਈ ਜੇ ਹਾਰੇ ਰਾਜਾ ਰਾਜੇ ਨਾਲ ਰਿਸ਼ਤਾ ਪਾਉਂਦਾ, ਜੇ ਭੁਪਤ ਸੰਪਦਾ ਵਾਲਾ ਅਮੀਰ ਅਮੀਰ ਨਾਲ ਰਿਸ਼ਤਾ ਪਾਉਂਦਾ, ਉਹਦੀ ਦੋਸਤੀ ਉਹਦੇ ਨਾਲ ਹੁੰਦੀ ਹੈ, ਪ੍ਰੀਤ ਉਹਦੇ ਨਾਲ ਹੁੰਦੀ ਹੈ। ਜੇ ਕੋਈ ਵਿਦਵਾਨ ਪੰਡਿਤ ਪੰਡਿਤ ਨਾਲ ਰਿਸ਼ਤਾ ਪਾਉਂਦਾ ਹੈ, ਤੇ ਫਿਰ ਤੂੰ ਸੋਚ ਤੇਰੇ ਕੋਲ ਤਾਂ ਸੱਚ ਆ, ਤੂੰ ਵੀ ਕਿਸੇ ਸੱਚ ਵਾਲੇ ਨਾਲ ਰਿਸ਼ਤਾ ਪਾ। ਬੜਾ ਖੂਬਸੂਰਤ ਜਵਾਬ ਹੈ। ਕਹਿਣ ਲੱਗੇ, ਤੇਰੇ ਕੋਲ ਹੈ ਰਾਮ ਪਦਾਰਥ ਪ੍ਰਾਇਕੇ, ਤੇ ਤੈਨੂੰ ਦੋਸਤੀ ਰਿਸ਼ਤਾ ਪਾਉਣ ਲਈ ਬਲੀ ਦੀ ਇੱਕ ਸ਼ਰਤ ਹੈ, ਉਹ ਕੀ? ਦੋਸਤੀ ਸਾਧ ਸੰਗਤ ਆਪਣਾ ਸੰਗ ਉਸੇ ਨਾਲ ਪੈਦਾ ਕਰ ਜਿੰਦਾ ਠਾਕਰ ਮਾਲਿਕ ਰਾਮ ਹੋਵੇ, ਕਿਉਂਕਿ ਤੇਰੇ ਕੋਲ ਰਾਮ ਪਦਾਰਥ। ਸੱਚ ਦੇ ਬਣਨ ਵਾਲਿਆਂ ਨਾਲ ਤੇਰੀ ਪ੍ਰੀਤ ਨਾ ਬਣੀ ਤਾਂ ਖਿਆਲ ਕਰ, ਇਹ ਪੰਡਿਤ ਰਾਜੇ ਤੇ ਸੰਪਦਾ ਅਮੀਰ ਭੁਪਤ ਜਿਹੜੇ ਨੇ, ਇਹ ਤੇਰੇ ਕੰਮ ਨਹੀਂ ਆਉਣੇ। ਫੈਸਲਾ ਬਾਬਾ ਕਬੀਰ ਜੀ ਦਾ ਕਹਿੰਦਾ, ਪੰਡਿਤ ਰਾਜੇ ਭੁਪਤ ਰਾਮ ਪਧਾਰ ਤੇ
ਸੌਦੇ ਨੂੰ ਖਿਲਾਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਇਸ ਕੂੜ ਦੀ ਮੰਡੀ ਵਿੱਚ ਸੱਚ ਦਾ ਗਾਹਕ ਕੋਈ ਨਹੀਂ। ਹਰ ਪਾਸੇ ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮੈਂ ਇੱਥੋਂ ਤੱਕ ਦੇਖਣਾ ਕਿ ਸੱਚ ਦੇ ਦਰਬਾਰ ਵਿੱਚ ਕੂੜ ਪਿਆ ਵਿਕਦਾ ਹੈ। ਸੱਚ ਦੇ ਦਰਬਾਰ ਵਿੱਚ ਗੁਰਦੁਆਰੇ ਧਰਮ ਸਥਾਨ ਸੱਚ ਦੇ ਦਰਬਾਰੀ ਬਣੇ ਸਨ, ਪਰ ਜੇ ਕਦੀ ਗਹਿਰਾਈ ਨਾਲ ਦੇਖੀਏ ਤੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਹੈ ਕਿ ਮੈਂ ਦੇਖਦਾ ਕੀ ਹਾਂ, ਦਰਬਾਰ ਸੱਚ ਦਾ ਹੈ ਪਰ ਵਿਕਦਾ ਕੂੜ ਹੈ। ਤੇ ਜੇ ਅਸੀਂ ਇਹੋ ਜਿਹੀ ਮੰਡੀ ਵਿੱਚ ਆਪਣਾ ਸੱਚ ਖਿਲਾਰੀਏ ਤੇ ਆਸ ਰੱਖੀਏ ਕੋਈ ਖਰੀਦਦਾਰ ਬਣ ਜਾਏਗਾ ਤਾਂ ਸਾਡੀ ਆਸ ਰੱਖਣੀ ਵੀ ਬੇਮਾਇਨਾ ਹੋਏਗੀ, ਸਾਡੀ ਆਸ ਰੱਖਣੀ ਵੀ ਫਜ਼ੂਲ ਹੋਏਗੀ। ਹਾਂ, ਅਸੀਂ ਆਪਣੀ ਮੰਡੀ ਦੇ ਆਪਣੀ ਕਿਸਮ ਦੇ ਖਰੀਦਦਾਰਾਂ ਦੀ ਢੂੰਡ ਕਰੀਏ। ਅਸੀਂ ਦੇਖ ਰਹੇ ਹਾਂ ਨਾ, ਅੱਜ ਦੇ ਜੁਗੰਦਰ ਬਿਜ਼ਨਸਮੈਨ ਵੀ ਦੇਖਦਾ ਹੈ ਕਿਸ ਮੰਡੀ ਵਿੱਚ ਮੈਨੂੰ ਕਸਟਮਰ ਜ਼ਿਆਦਾ ਮਿਲ ਸਕਦਾ ਮੇਰੇ ਵਸਤੂ ਦਾ, ਮੇਰੀ ਚੀਜ਼ ਦਾ, ਮੇਰੇ ਵੱਖਰ ਦਾ। ਉਹ ਉਸੇ ਮੰਡੀ ਵਿੱਚ ਜਾ ਕੇ ਸ਼ੋਅ ਲਾਉਂਦਾ ਹੈ, ਆਖਦਾ ਵੀ ਮੇਰੇ ਕੋਲ ਵੀ ਆ ਹੈ। ਜੇ ਸਾਧ ਸੰਗਤ ਇੱਕ ਸੱਚ ਦੀ ਮੰਡੀ ਹੈ, ਇੱਥੇ ਸ਼ੋਅ ਲੱਗਦਾ ਹੈ ਸੱਚ ਦਾ। ਪਰ ਇੱਕ ਖਿਆਲ ਕਰਿਓ, ਜਿਸ ਦਿਨ ਸਾਧ ਸੰਗਤ ਨੂੰ ਅਸੀਂ ਕੂੜ ਦੀ ਮੰਡੀ ਬਣਾ ਲਿਆ, ਉਸ ਦਿਨ ਬਾਕੀ ਕੋਈ ਥਾਂ ਨਹੀਂ ਰਹਿਣੀ ਜਿੱਥੇ ਸੱਚ ਦੀ ਵੈਲਿਊ ਹੋਵੇ। ਇਸ ਲਈ ਜ਼ਰੂਰਤ ਹੈ ਸੱਚ ਨੂੰ, ਸੱਚ ਦੇ ਅਸਥਾਨ 'ਤੇ ਗੁਰੂ ਨੇ ਆਖਿਆ ਇਹ ਸੱਚਾ ਸੋਹਿਲਾ ਸੱਚੇ ਘਰ ਗਾਵੋ,
ਗਾਵੋ ਤਾਂ ਸੋਹਲਾ ਕਰ ਸਾਚੇ ਜਿੱਥੇ ਸਦਾ ਸੱਚ ਦਿਆਵੇ ਗੁਰਬਾਣੀ ਕਹਿੰਦੀ ਹੈ। ਇਸ ਲਈ ਸੱਚ ਨੂੰ ਸੰਭਾਲਣਾ ਅਤੇ ਸੱਚ ਨੂੰ ਪ੍ਰਫੁੱਲਿਤ ਕਰਨ ਲਈ ਸੱਚ ਦੇ ਮੰਡੀ ਬਾਜ਼ਾਰ ਵਿੱਚ ਆਪਸ ਵਿੱਚ ਬੈਠ ਕੇ ਸੱਚ ਦੇ ਵਪਾਰੀ ਬਣਨਾ ਜ਼ਰੂਰੀ ਹੈ। ਆਪਾਂ ਰੋਜ਼ ਬੜੀ ਦੇਰ ਤੋਂ ਪੜ੍ਹਦੇ ਆ ਰਹੇ ਸਾਂ, ਕਹਿੰਦੇ ਸਨ ਸੱਚ ਵਪਾਰ ਕਰੋ ਵਪਾਰੀ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਡਿਬ ਹੈ ਖੇਪ ਤੁਮਾਰੀ, ਇਹ ਕਾਟੇਕ ਰੱਖੋ ਮਨਮਾਏ, ਨਾਨਕ ਬਹੁਰ ਨਾ ਆਵੇ ਜਾਏ। ਸੋ ਗੁਰੂ ਬਖਸ਼ਿਸ਼ ਕਰੇ ਸਾਡੇ ਜੀਵਨ ਵਿੱਚ ਸੱਚ ਦੀ ਵੈਲਿਊ ਬਣ ਜਾਏ, ਤਾਂ ਕਿ ਸੱਚ ਪ੍ਰਫੁੱਲਿਤ ਹੋਵੇ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।